ਭੋਜਨ ਦਾ ਸਾਡੀ ਸਿਹਤ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ। ਅਸੀਂ ਦਿਨ ਦੇ ਵਿੱਚ ਦੋ ਵਾਰ ਰੈਗੂਲਰ ਭੋਜਨ ਖਾਂਦੇ ਆ ਅਤੇ ਸਾਡੀ ਸਿਹਤ ਉਸ ਭੋਜਨ ਵਿੱਚ ਸ਼ਾਮਲ ਹੋਣ ਦੇ ਨਾਲ ਜੁੜੀ ਹੁੰਦੀ ਹੈ। ਦੱਸਦੇ ਕਿ ਬਜ਼ੁਰਗ ਹਮੇਸ਼ਾ ਮੌਸਮੀ ਫਲ, ਸਬਜ਼ੀਆਂ ਤੇ ਅਨਾਜ ਖਾਣ ਦੀ ਸਲਾਹ ਦਿੰਦੇ ਨੇ। ਇਸ ਲਈ ਗਰਮੀਆਂ 'ਚ ਤੁਹਾਨੂੰ ਆਪਣੀ ਰੋਟੀ ਯਾਨੀ ਕਿ ਆਟਾ ਵੀ ਬਦਲ ਲੈਣਾ ਚਾਹੀਦਾ ਹੈ। ਦੱਸਦੇ ਕਿ ਗਰਮੀਆਂ ਦੇ ਵਿੱਚ ਕਣਕ ਦੀ ਰੋਟੀ ਨਾਲੋਂ ਜੌਂ ਦੀ ਰੋਟੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜੌਂ ਦੇ ਆਟੇ ਦੀਆਂ ਰੋਟੀਆਂ ਖਾਣ ਦੇ ਨਾਲ ਮੋਟਾਪਾ ਵੀ ਤੇਜ਼ੀ ਦੇ ਨਾਲ ਘਟਦਾ ਹੈ। ਜੌਂ ਦਾ ਆਟਾ ਗਰਮੀਆਂ ਦੇ ਵਿੱਚ ਪੇਟ ਨੂੰ ਠੰਡਾ ਰੱਖਦਾ ਹੈ। ਜੋ ਲੋਕ ਗਰਮੀਆਂ ਦੇ ਵਿੱਚ ਜੌਂ ਦੇ ਆਟੇ ਦੀ ਰੋਟੀ ਖਾਂਦੇ ਨੇ ਉਹਨਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਦੱਸਦੇ ਕਿ ਇਹ ਰੋਟੀ ਸ਼ੂਗਰ ਦੇ ਮਰੀਜ਼ਾਂ ਦੇ ਲਈ ਵੀ ਕਾਫੀ ਲਾਹੇਵੰਦ ਤੇ ਫਾਇਦੇਮੰਦ ਹੈ। ਨਿਊਟ੍ਰੀਨਿਸਟ ਪਾਰਕ ਟੌਨ ਦੇ ਕੋਚ ਅਤੇ ਕੀਟੋ ਡਾਈਟੀਸ਼ੀਅਨ ਜਿਹੜੇ ਕਿ ਦੱਸਦੇ ਨੇ ਉਹਨਾਂ ਦੇ ਅਨੁਸਾਰ ਜੌਂ ਦੇ ਆਟੇ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਨੇ ਜੋ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦਿੰਦੇ ਨੇ। ਜੌਂ ਦੇ ਆਟੇ ਵਿੱਚ ਪ੍ਰੋਟੀਨ, ਫਾਈਬਰ, ਬੀ ਵਿਟਾਮਿਨ, ਆਇਰਨ, ਜ਼ਿੰਕ ਵਰਗੇ ਭਰਪੂਰ ਪੋਸ਼ਕ ਤੱਤ ਹੁੰਦੇ ਨੇ ਜੋ ਇੱਕ ਘੱਟ ਕੈਲੋਰੀ ਵਾਲਾ ਭੋਜਨ ਹੈ ਜੋ ਫਾਈਬਰ ਦਾ ਇੱਕ ਚੰਗਾ ਸਰੋਤ ਵੀ ਹੈ। ਭਾਰ ਘਟਾਉਣਾ ਜੌਂ ਦੇ ਆਟੇ ਜਾਂ ਜੌਂ ਦੇ ਦਲੀਏ ਤੋਂ ਬਣੀ ਰੋਟੀ ਖਾਣ ਦੇ ਨਾਲ ਵੀ ਭਾਰ ਤੇਜ਼ੀ ਦੇ ਨਾਲ ਘਟਦਾ ਹੈ ਜੋ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਪੇਟ ਜਲਦੀ ਭਰ ਜਾਂਦਾ ਤੇ ਲੰਬੇ ਸਮੇਂ ਤੱਕ ਭਰਿਆ ਵੀ ਰਹਿੰਦਾ। ਇਸ ਦੇ ਨਾਲ ਭੁੱਖ ਵੀ ਘੱਟ ਲੱਗਦੀ ਹੈ ਤੇ ਮੋਟਾਪਾ ਵੀ ਘੱਟ ਹੁੰਦਾ। ਪੇਟ ਨੂੰ ਠੰਡਾ ਰੱਖਣ ਦੇ ਲਈ ਜੌਂ ਦੀ ਤਸੀਰ ਵੀ ਠੰਡੀ ਮੰਨੀ ਗਈ ਹੈ ਜਿਸ ਦੇ ਲਈ ਗਰਮੀਆਂ ਦੇ ਵਿੱਚ ਜੌਂ ਦੇ ਆਟੇ ਦੇ ਨਾਲ ਬਣੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਇਸ ਦੇ ਨਾਲ ਪੇਟ ਦੀ ਗਰਮੀ ਵੀ ਸ਼ਾਂਤ ਹੋ ਜਾਂਦੀ ਹੈ। ਜੌਂ ਦੀ ਰੋਟੀ ਖਾਣ ਦੇ ਨਾਲ ਗੈਸ, ਬਦਹਜਮੀ, ਬਲੋਟਿੰਗ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਕਾਬੂ 'ਚ ਆਉਂਦੀ ਹੈ। ਦੱਸਦੇ ਕਿ ਜੌਂ ਦੀ ਰੋਟੀ ਖਾਣ ਦੇ ਨਾਲ ਪੇਟ ਨੂੰ ਠੰਡਕ ਵੀ ਮਿਲਦੀ ਹੈ ਤੇ ਪਾਚਨ ਵਿੱਚ ਸੁਧਾਰ ਵੀ ਹੁੰਦਾ ਹੈ ਕਿਉਂਕਿ ਫਾਈਬਰ ਬਹੁਤ ਜ਼ਿਆਦਾ ਇਸ ਦੇ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਦੇ ਨਾਲ ਪਾਚਨ ਕਿਰਿਆ ਵੀ ਤੁਹਾਡੀ ਠੀਕ ਹੋ ਜਾਂਦੀ ਹੈ।